ਜਿਹੜੇ ਹੁਣ ਇਸ ਵੇਲੇ ਪੰਜਾਬ ਦੇ ਹੜ੍ਹਾਂ ਦੇ ਵਿੱਚੋਂ ਗੁਜ਼ਰ ਰਹੇ ਹੈ, ਇਹ ਕੁਝ ਦਿਨਾਂ ਤੋਂ ਸ਼ੁਰੂ ਹੋਇਆ ਹੈ। ਇਹ ਬੜੀ ਇੱਕ ਇਹੋ ਜਿਹੀ ਸਮੱਸਿਆ ਬਣੀ ਹੋਈ ਹੈ ਜਿਹੜੀ ਪਹਿਲਾਂ ਕਦੇ ਨਹੀਂ ਹੋਈ। ਜਿਹੜੀ ਹੜ੍ਹ ਆਉਂਦੇ ਸੀ ਉਹ ਸਪਟੈਂਬਰ ਦੇ ਮਹੀਨੇ 'ਚ ਆਉਂਦੇ ਸੀ। ਐਤਕੀ ਜੁਲਾਈ 'ਚ ਪਹਿਲਾ ਹੜ੍ਹ ਆਇਆ, ਫਿਰ ਘੱਗਰ ਦਾ, ਫਿਰ ਹੁਣ ਸਤਲੁਜ ਔਰ ਬਿਆਸ ਹੁਣ ਅਗਸਤ ਦੇ ਮਹੀਨੇ 'ਚ ਆ ਗਿਆ। ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਨਾ ਹੋਰ ਹੋਵੇ ਬਾਰਿਸ਼ ਉੱਪਰ ਕੈਚਮੈਂਟ ਏਰੀਆ 'ਚ, ਤਾਂ ਕਿ ਹੋਰ ਨੁਕਸਾਨ ਨਾ ਹੋਵੇ ਪੰਜਾਬ ਦਾ। ਮੌਜੂਦਾ ਹਾਲਾਤ ਇਹ ਨੇ ਕਿ ਸਾਡੇ ਸੁਲਤਾਨਪੁਰ ਲੋਧੀ, ਸ਼ਾਹਕੋਟ ਇਸ ਏਰੀਆ 'ਚ, ਫਿਰੋਜ਼ਪੁਰ ਔਰ ਫਾਜ਼ਿਲਕਾ ਦੀ ਸਾਈਡ 'ਤੇ ਇੱਧਰ ਆਪਣੇ ਕਾਫੀ ਕੁਛ ਪਾਣੀ ਪਹੁੰਚ ਚੁੱਕਿਆ। ਇਸ ਵੇਲੇ ਪਾਣੀ ਪਿੱਛੋਂ ਘੱਟ ਰਿਹਾ, ਤਾਂ ਆਹਿਸਤਾ ਆਹਿਸਤਾ ਦੂਜੇ ਏਰੀਆ ਦੇ ਵਿੱਚ ਵੀ ਘੱਟ ਜੂਗਾ। ਲੇਕਿਨ ਮੌਜੂਦਾ ਹਾਲਾਤ ਇਹ ਨੇ ਕਿ ਹਾਲੇ ਵੀ ਲੋਕ ਉੱਥੇ ਬਹੁਤ ਆਪਣੇ ਕੋਠਿਆਂ 'ਤੇ ਬੈਠੇ ਨੇ। ਕੋਸ਼ਿਸ਼ ਸਾਡੀ ਇਹ ਹੈ ਕਿ ਉਹਨਾਂ ਨੂੰ ਉੱਥੋਂ ਆਪਣੇ ਕੈਂਪਾਂ ਦੇ ਵਿੱਚ ਜਾਂ ਗੁਰਦੁਆਰੇ ਸਾਹਿਬ ਜਿੱਥੇ ਵੀ ਸਾਰੇ ਲੱਗੇ ਹੋਏ ਨੇ ਲੋਕ, ਉੱਥੇ ਆ ਕੇ ਉਹ ਰਹਿਣ, ਤਾਂ ਕਿ ਕੋਈ ਉਹਨਾਂ ਦਾ ਜਾਨੀ ਖਤਰਾ ਨਾ ਹੋਵੇ। ਬਚਾਓ ਕਾਫੀ ਹੋ ਗਿਆ, ਸਿਰਫ ਹੜ੍ਹ ਦੇ ਵਿੱਚ ਦੋ, ਇੱਕ ਬੱਚੀ ਔਰ ਇੱਕ ਬੰਦਾ ਇੱਥੇ ਉਹਨਾਂ ਦੀ ਮੌਤ ਹੋਈ ਹੈ, ਔਰ ਚਾਰ ਬੰਦੇ ਖੰਨੇ ਦੇ ਵਿੱਚ ਜਦੋਂ ਘਰ ਡਿੱਗਿਆ ਉਹਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ, ਅਤੇ 6 ਬੰਦੇ ਪੰਜਾਬ ਦੇ ਵਿੱਚ ਇਸ ਵੇਲੇ ਉਹਨਾਂ ਦੀ ਜਾਨਾਂ ਗਈਆਂ ਨੇ। ਪਰ ਅਸੀਂ ਨਹੀਂ ਚਾਹੁੰਦੇ ਕਿ ਹੋਰ ਹੋਵੇ, ਤਾਂ ਇਸ ਕਰਕੇ ਮੈਨੇ ਕੱਲ੍ਹ ਵੀ ਜਦ ਮੈਂ ਗਿਆ ਸੀ ਸੁਲਤਾਨਪੁਰ ਲੋਧੀ ਔਰ ਉਹਦੇ ਨਾਲ ਦੇ ਹਲਕਿਆਂ ਦੇ ਵਿੱਚ, ਮੈਂ ਉੱਥੇ ਬੇਨਤੀ ਲੋਕਾਂ ਨੂੰ ਕੀਤੀ ਸੀ ਕਿ ਤੁਸੀਂ ਇੱਕ ਜਾਂ ਦੋ ਬੰਦੇ ਘਰਾਂ 'ਚ ਰਹਿ ਜਾਓ, ਬਾਕੀ ਆ ਜਾਓ। 18,000 ਨੇ ਇਸ ਵੇਲੇ ਘਰਾਂ ਦੇ ਵਿੱਚ ਬੈਠੇ, ਬਾਹਰ ਆ ਕੇ ਕੈਂਪਾਂ 'ਚ ਰਹੋ, ਕਿ ਇਹੋ ਜਿਹੀ ਗੱਲ ਨਾ ਹੋਏ ਕਿ ਹੜ੍ਹ ਦੁਬਾਰਾ ਆ ਜਾਏ ਬਾਰਿਸ਼ ਕਰਕੇ ਔਰ ਉਹਦੇ ਨਾਲ ਹੋਰ ਘਰ ਡਿੱਗਣ ਲੱਗ ਜਾਣ ਜਾਂ ਕੋਈ ਹੋਰ ਤਕਲੀਫ ਐਸੀ ਹੋ ਜਾਏ ਔਰ ਹੋਰ ਜਾਨਾਂ ਸਾਡੀਆਂ ਚਲੀਆਂ ਜਾਣ। ਤੋ ਦੋ ਬੰਦਿਆਂ ਨੂੰ ਕੱਢਣਾ ਆਸਾਨ ਹੈ, ਪੂਰੇ ਪਰਿਵਾਰ ਨੂੰ ਕੱਢਣਾ ਬੜਾ ਮੁਸ਼ਕਲ ਹੋ ਜੂ। 18,000 ਕੋਈ ਛੋਟੀ ਗੱਲ ਨਹੀਂ, ਇੰਨੀ ਕਿਸ਼ਤੀਆਂ ਨਹੀਂ ਸਾਡੇ ਕੋਲ ਜਾਂ ਹੈਲੀਕਾਪਟਰ ਜਿਹਦੇ ਨਾਲ ਅਸੀਂ ਇੰਨੇ ਇੱਕਦਮ ਅਸੀਂ ਲੋਕਾਂ ਨੂੰ ਚੱਕ ਸਕੀਏ। ਤਾਂ ਮੇਰੀ ਬੇਨਤੀ ਹੈ ਕਿ ਸਿਰਫ 2 ਕੁ ਬੰਦੇ ਆਪਣੇ ਘਰਾਂ 'ਚ ਰਹਿ ਜਾਓ, ਬਾਕੀ ਆਪਣੇ ਪਰਿਵਾਰਾਂ ਨੂੰ ਬਾਹਰ ਭੇਜੋ, ਬੱਚਿਆਂ ਨੂੰ, ਬੀਬੀਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ, ਤਾਂ ਕਿ ਆ ਕੇ ਕੈਂਪਾਂ 'ਚ ਰਹਿ ਸਕਣ। ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫੌਜ ਲੱਗੀ ਹੋਈ ਹੈ, ਏਅਰਫੋਰਸ ਲੱਗੀ ਹੈ, ਪੰਜਾਬ ਸਰਕਾਰ ਲੱਗੀ ਹੈ, ਪੈਸਿਆਂ ਦੀ ਕੋਈ ਘਾਟ ਨਹੀਂ, ਲੰਗਰ ਚਲਾਉਣ, ਮੈਡੀਕਲ ਕੈਂਪ ਲੱਗੇ ਨੇ, ਪਸ਼ੂਆਂ ਵਾਸਤੇ ਹੋਸਪਿਟਲ 'ਚ ਸਾਡੇ ਆਪਣੇ ਗਲਘੋਟੂ ਔਰ ਫੁੱਟਣ ਮਾਰ ਮੂੰਹ ਖੁਰ ਦੀ ਦਵਾਈਆਂ ਪਹੁੰਚ ਗਈਆਂ, ਤਾਂ ਕਿ ਸਾਰੇ ਪਸ਼ੂਆਂ ਨੂੰ ਲੱਗਣ। ਹੋਸਪਿਟਲ ਟੀਮਾਂ ਪਹੁੰਚ ਗਈਆਂ ਨੇ ਸਾਡੇ ਲੋਕਾਂ ਦੇ ਵਾਸਤੇ, ਤਾਂ ਕਿ ਜੋ ਵੀ ਉਹਨਾਂ ਨੂੰ ਤਕਲੀਫ ਹੋ ਉਹਨਾਂ ਦੇ ਵਾਸਤੇ, ਅਤੇ ਖਾਣੇ ਦਾ, ਪਾਣੀ ਦਾ ਕੋਈ ਪ੍ਰਬੰਧ, ਕੋਈ ਤਕਲੀਫ ਨਹੀਂ, ਅਸੀਂ ਪੂਰਾ ਪ੍ਰਬੰਧ ਕਰ ਚੁੱਕੇ ਹਾਂ। ਮੈਂ ਕੱਲ੍ਹ ਉੱਥੇ ਕਾਫੀ ਅੱਧਾ ਦਿਨ ਉੱਥੇ ਲਾਇਆ ਔਰ ਸਾਰੇ ਅਫਸਰਾਂ ਨਾਲ ਮੇਰੀ ਗੱਲ ਹੋਈ ਹੈ, ਸਾਰੇ ਮਹਿਕਮਿਆਂ ਨਾਲ ਹੋਈ ਹੈ, ਔਰ ਅਸੀਂ ਪੂਰਾ ਪ੍ਰਬੰਧ ਕਰਾਂਗੇ। ਕਿਸੇ ਨੂੰ ਕੋਈ ਤਕਲੀਫ ਹੋਏ, ਇੱਕ ਹੈਲਪਲਾਈਨ ਅਸੀਂ ਦਿੱਤੀ ਹੋਈ ਹੈ, ਉਸ ਹੈਲਪਲਾਈਨ 'ਤੇ ਤੁਸੀਂ ਟੈਲੀਫੋਨ ਕਰੋ ਔਰ ਸਾਡੇ ਬੰਦੇ ਕੋਈ ਨਾ ਕੋਈ ਉੱਥੇ ਤੁਹਾਡੇ ਮਦਦ ਵਾਸਤੇ ਪਹੁੰਚੇਗਾ।